ਸਾਡੇ ਵਾਲਿਆਂ ਨੇ ਤੇ ਅੱਜ ਕੱਲ ਇਹਨੂੰ ਕਿਤਾਬ ਹੀ ਬਣਾਇਆ ਹੋਇਆ ਗੁੜਕਾ ਸਾਹਿਬ ਨੂੰ, ਬੂਟ ਪਾ ਕੇ ਤੁਰੇ ਫਿਰਨਗੇ। ਮੈਂ ਗੱਲੇ ਤੇ ਬੈਠੇ ਵੇਖੇ ਨੇ ਦੁਕਾਨਦਾਰ, ਹੱਥ 'ਚ ਸੁਖਮਨੀ ਸਾਹਿਬ ਦਾ ਗੁੜਕਾ ਸਾਹਿਬ, ਇੱਧਰੋਂ ਗਾਹਕ ਆ ਗਿਆ ਵੀ ਆਹ ਖਰੀਦਣਾ, ਗੁੜਕਾ ਸਾਹਿਬ ਗੱਲੇ 'ਤੇ ਹੀ ਰੱਖਦਾ। ਉਹਨੇ 200-400 ਰੁਪਈਆ ਦਿੱਤਾ, ਗੰਦੇ ਮੰਦੇ ਨੋਟ ਗਿਣ ਕੇ ਗੱਲੇ 'ਚ ਰੱਖ ਲਏ, ਫਿਰ ਉਹਨਾਂ ਗੰਦੇ ਹੱਥਾਂ ਨਾਲ ਹੀ ਗੁੜਕਾ ਸਾਹਿਬ ਫੜ ਲਿਆ। ਮੈਨੂੰ ਇੱਕ ਜਵਾਬ ਦਿਓ, ਹੁਣ ਤੁਹਾਨੂੰ ਵੀ ਪਤਾ ਹੈ ਵੀ ਪੈਸੇ ਨੂੰ ਜੂਠ ਮੀਠ ਲੱਗੀ ਹੁੰਦੀ ਹੈ, ਥੁੱਕ ਤੱਕ ਲਾਇਆ ਹੁੰਦਾ ਲੋਕਾਂ ਨੇ, ਤੇ ਬਾਣੀ ਕੀ ਹੈ? ਗੁਰੂ ਦੇ ਅੰਗ, ਰੋਜ਼ ਪੜ੍ਹਦੇ ਹੋ ਨਾ ਬਾਣੀ, ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ ਅੰਗਾਂ ਦਾ ਭਾਵ ਆਉਂਦਾ ਹੈ ਨਾ ਸਮਝ ਵਿੱਚ, ਚਿਹਰਾ ਮੋਹਰਾ ਸਰੀਰ। ਆਪ ਕਦੀ ਤੁਸੀਂ ਪੈਸੇ ਗਿਣਦਿਆਂ ਗਿਣਦਿਆਂ ਮੂੰਹ ਤੇ ਹੱਥ ਨਹੀਂ ਲਾਉਂਦੇ ਵੀ ਕਿਧਰੇ ਬੈਡ ਬੈਕਟੀਰੀਆ ਨਾ ਲੱਗ ਜਾਵੇ, ਕੋਈ ਰੋਗ ਨਾ ਹੋ ਜਾਵੇ, ਹੱਥ ਧੋ ਲਈਏ, ਗੁੜਕਾ ਸਾਹਿਬ ਨੂੰ ਲਾ ਤੇ। ਕੋਈ ਬੰਦਾ ਮੂੰਹ ਵਿੱਚ ਉਂਗਲ ਪਾ ਕੇ ਤੁਹਾਡੇ ਚਿਹਰੇ ਤੇ ਏਦਾਂ ਉਂਗਲ ਮਲ ਦੇਵੇ ਤੇ ਤੁਸੀਂ ਗਲ ਪੈ ਜਾਣਾ ਅਗਲੇ ਦੇ, ਤੇ ਤੁਹਾਨੂੰ ਭੈ ਨਹੀਂ ਰੱਬ ਦਾ ਵੀ ਜਦੋਂ ਗੰਦੇ ਬੰਦੇ ਹੱਥ ਗੁੜਕਾ ਸਾਹਿਬ ਨੂੰ, ਪੋਥੀ ਸਾਹਿਬ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਲਾਉਂਦੇ ਜੇ? ਸਤਿਗੁਰ ਜਾਗਤਾ ਹੈ ਦਿਓ, ਇਹ ਕਿਤਾਬ ਨਹੀਂ ਹੈ ਕੋਈ, ਸ਼ਬਦ ਜਾਗ੍ਰਿਤ ਹੁੰਦਾ ਹੈ, ਚੇਤਨ ਹੁੰਦਾ ਹੈ, ਇਹ ਵਾਹਿਗੁਰੂ ਦਾ ਰੂਪ ਹੈ, ਇਹਦਾ ਅਦਬ ਰੱਖਿਆ ਕਰੋ, ਸਤਿਕਾਰ ਰੱਖਿਆ ਕਰੋ। ਇਹ ਤੁਹਾਡੇ ਕਿਸੇ ਪ੍ਰੋਫੈਸਰ ਦੀ ਕਿਤਾਬ ਨਹੀਂ ਹੈ ਵੀ ਗੰਦੇ ਬੰਦੇ ਹੱਥ ਲਾ ਲਏ। ਪ੍ਰੋਫੈਸਰਾਂ ਦੀਆਂ ਕਿਤਾਬਾਂ ਜੀਵਨ ਮੁਕਤ ਨਹੀਂ ਕਰਦੀਆਂ, ਜੀਵਨ ਜਾਚ ਸਿਖਾਉਂਦੀਆਂ ਨੇ। ਬਾਣੀ ਜੀਵਨ ਮੁਕਤੀ ਦਾ ਸਾਧਨ ਹੈ, ਸਤਿਗੁਰ ਦਾਤਾ ਮੁਕਤ ਕਰਾਏ, ਗੁਰੂ ਗ੍ਰੈਂਡ ਸੈਲੀਬ੍ਰੇਸ਼ਨ, ਗੁਰੂ ਮੁਕਤੀ ਦਾ ਦਾਤਾ ਹੈ। ਜਿੰਨੀ ਭੈ ਭਾਵਨਾ ਰੱਖੋਗੇ, ਅਦਬ ਕਰੋਗੇ, ਓਨਾ ਹੀ ਮਾਣ ਤੁਹਾਨੂੰ ਦੇਵੇਗਾ। ਬੰਦੇ ਵਰਗੀ ਆਦਤ ਹੈ ਗੁਰੂ ਪਰਮੇਸ਼ਰ ਦੀ, ਤੁਸੀਂ ਇੱਕ ਬੰਦੇ ਦਾ ਅਦਬ ਛੱਡ ਦਿਓ, ਤੁਹਾਨੂੰ ਕਮਾਉਣਾ ਛੱਡ ਦਿੰਦਾ ਹੋ। ਤੁਸੀਂ ਇੱਕ ਬੰਦੇ ਦੀ ਚਾਪਲੂਸੀ ਕਰੋ, ਤੁਹਾਡੇ ਤੇ ਖੁਸ਼ ਹੋ ਜਾਂਦਾ ਹੋ। ਇੱਦਾਂ ਦਾ ਹੀ ਰੱਬ ਦਾ ਸੁਭਾਅ, ਜੇ ਤੇ ਚਾਪਲੂਸੀ ਕਰੋਗੇ ਤੇ ਝੋਲੀਆਂ ਭਰ ਲਿਓ, ਤੇ ਜੇ ਰੱਬ ਨੂੰ ਟਿੱਚ ਜਾਣਨਾ ਤੇ ਰੱਬ ਵਿਹਲਾ ਤਾਂ ਨਹੀਂ ਤੁਹਾਡੇ ਲਈ। ਇੱਕ ਹੱਥ ਲੈਣਾ, ਇੱਕ ਹੱਥ ਦੇਣਾ, ਇਹ ਹੈ ਸਿਧਾਂਤ।